ਕਹਿੰਦੇ ਜੀ ਐਟੀਟਿਊਡ ਵਧੀਆ ਬਣਾਓ ਆ ਹੁਣ ਐਟੀਟਿਊਡ ਕਿਸ ਤਰ੍ਹਾਂ ਵਧੀਆ ਬਣਾਈਏ ਸੁਣ ਤਾਂ ਹਰ ਕੋਈ ਕਹਿੰਦਾ ਜੀ ਪੋਜ਼ਿਟਿਵ ਐਟੀਟਿਊਡ ਹੋਣਾ ਚਾਹੀਦਾ ਹੈ ਸਾਨੂੰ ਥੋੜੀ ਬਹੁਤੀ ਗੱਲ ਇੱਧਰ ਉੱਧਰ ਨਹੀਂ ਖਿਆਲ ਨਹੀਂ ਕਰਨਾ ਚਾਹੀਦਾ ਪਰ ਤਿੰਨ ਗੱਲਾਂ ਮੈਂ ਅੱਜ ਤੁਹਾਡੇ ਨਾਲ ਸਿਰਫ ਕਰਨੀਆਂ ਨੇ ਉਹਦੇ ਚ ਸਿਰਫ ਇਹੀ ਹੈ ਕਿ 3 E's ਤੇ 3 C's ਆਪਾਂ 3 E's ਕਰਨੀਆਂ ਨੇ ਤੇ 3 C's ਨਹੀਂ ਕਰਨੀਆਂ ਹੁਣ ਕਰਨੀਆਂ ਕੀ ਨੇ ਈਜ ਐਡੀਫਿਕੇਸ਼ਨ ਹੁਣ ਇੱਥੇ ਤਾਂ ਐਡੀਫਿਕੇਸ਼ਨ ਦਾ ਮਤਲਬ ਹੁੰਦਾ ਹੈ ਟਰੂ ਪ੍ਰੇਸ ਹਰ ਬੰਦੇ ਨੂੰ ਐਡੀਫਿਕੇਸ਼ਨ ਦੀ ਲੋੜ ਹੈ ਜੇ ਅਸੀਂ ਉਹਨੂੰ ਐਡੀਫਾਈ ਕਰਾਂਗੇ ਸਾਡਾ ਵੀ ਪੋਜ਼ਿਟਿਵ ਐਟੀਟਿਊਡ ਆਪਣੇ ਮਨ 'ਚ ਹੋਏਗਾ ਉਹਦੇ 'ਚ ਨਹੀਂ ਕਰਨੀ ਆਪਾਂ ਐਟੀਟਿਊਡ ਐਡੀਫਿਕੇਸ਼ਨ ਆਪਣੇ ਆਪਣੇ ਨਹੀਂ ਕਰਨੀ ਹੈ ਵੀ ਉਹ ਕਹਿੰਦੇ ਜੀ ਇਹਦੇ 'ਚ ਵੀ ਕੀ ਐਡੀਫਾਈ ਕਰੀਏ ਉਹ ਬੰਦਾ ਦਾ ਇਸ ਤਰ੍ਹਾਂ ਦਾ ਮੈਂ ਉਹਨੇ ਕਮੀਜ਼ ਵਧੀਆ ਪਾਈ ਹੈ ਨਾ ਪਾਈ ਤਾਂ ਕਮੀਜ਼ ਦੀ ਤਾਰੀਫ ਕਰਦੇ ਹੋ ਐਨੀਥਿੰਗ ਤੁਹਾਨੂੰ ਚੰਗੀ ਲੱਗਦੀ ਹੈ ਉਹਦਾ ਹੇਅਰ ਸਟਾਈਲ ਵਧੀਆ ਹੈ ਕੋਈ ਉਹਦੀ ਆਦਤ ਤੁਹਾਨੂੰ ਚੰਗੀ ਲੱਗਦੀ ਹੈ ਕਿਉਂਕਿ ਪਰਮਾਤਮਾ ਨੇ ਜੰਗ ਕੋਈ ਨਹੀਂ ਬਣਾਇਆ ਹਰ 'ਚ ਕੋਈ ਨਾ ਕੋਈ ਕੁਆਲਿਟੀ ਹੈ ਹਰ ਇਨਸਾਨ ਦੇ ਵਿੱਚ ਕੁਆਲਿਟੀ ਹੈ ਅਸੀਂ ਜੇ ਉਸ ਕੁਆਲਿਟੀ ਨੂੰ ਕੋਈ ਵੀ ਲੱਭ ਲਈਏ ਅਤੇ ਪ੍ਰੇਸ ਕਰਾਂਗੇ ਤਾਂ ਸਾਡੀ ਫਰੈਂਡਸ਼ਿਪ ਵੀ ਉਹਦੇ ਨਾਲ ਹੋਏਗੀ ਅਤੇ ਉਹ ਸਾਨੂੰ ਅੰਦਰੋਂ ਵੀ ਪੋਜ਼ਿਟਿਵ ਐਟੀਟਿਊਡ ਆਏ ਸੋ ਦੂਸਰਾ ਹੈਗਾ ਐਮਬਰੇਸ ਅਤੇ ਤੀਸਰਾ ਹੈਗਾ ਇਨਕਰੇਜ ਹੁਣ ਰੋਟਰੀ ਵਾਲੇ ਤਾਂ ਸਾਰੇ ਜਾਣਦੇ ਨੇ ਜਿਸ ਤਰ੍ਹਾਂ ਕਰੇ ਅਸੀਂ ਐਮਬਰੇਸ ਕਰਨਾ ਅਸੀਂ ਇੱਕ ਦੂਜੇ ਨਾਲ ਗੱਲ ਕਰਨੀ ਹੈ ਐਜ਼ ਏ ਬ੍ਰਦਰਹੁੱਡ ਐਜ਼ ਏ ਇਨਸਾਨ ਅਸੀਂ ਇੱਕ ਦੂਜੇ ਨੂੰ ਗਲਵਕੜੀ 'ਚ ਲੈਣਾ ਹੈ ਕੋਈ ਵੀ ਮੁਸ਼ਕਲ ਹੈ ਵੀ ਹੱਲ ਕਰੀਏ ਸੋ ਯੂ ਨੋ ਐਵਰੀਥਿੰਗ ਤੁਹਾਨੂੰ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਠੀਕ ਹੈਗਾ ਇਨਕਰੇਜ ਕਰਨਾ ਦੇਖੋ ਇਸ ਤਰ੍ਹਾਂ ਹੁੰਦਾ ਕਿ ਕਈ ਵਾਰੀ ਕੀ ਹੁੰਦਾ ਕਿ ਇਹਨਾਂ ਨਿਰਾਸ਼ ਨਾ ਕਰਨਾ ਸੋ ਇਨਕਰੇਜ ਜਿਹੜਾ ਕਰਨਾ ਹੈ ਇਹ ਭਾਵੇਂ ਬੱਚਿਆਂ ਨੂੰ ਕਰਨਾ ਹੈ ਭਾਵੇਂ ਆਪਣੀ ਵਾਈਫ ਨੂੰ ਕਰਨਾ ਹੈ ਠੀਕ ਹੈ ਅਤੇ ਵਾਈਫ ਨੂੰ ਤਾਂ ਕਰਨਾ ਸਰਵਾਈਵਲ ਲਈ ਬੜਾ ਜ਼ਰੂਰੀ ਹੈ ਸੀਜ਼ 3 C's ਨਹੀਂ ਕਰਨੇ 1 is ਕ੍ਰਿਟੀਸਾਈਜ਼ ਕਰਨਾ ਦੇਖੋ ਜੀ ਗਲਤੀ ਹਰ ਕੋਈ ਕਰਦਾ ਇਨਸਾਨ ਹਰ ਕੋਈ ਗਲਤੀ ਦਾ ਪੁੱਛਣਾ ਹੈ ਅਤੇ ਜੇ ਆਪਾਂ ਉਹਦੇ 'ਚ ਗਲਤੀਆਂ ਲੱਭਣ ਲੱਗ ਜਾਈਏ ਤਾਂ ਫਿਰ ਸਾਨੂੰ ਲੱਗਦਾ ਵੀ ਇਹ ਆਹ ਗਲਤ ਹੈ ਉਹਨੂੰ ਤਾਂ ਕੋਈ ਫਰਕ ਨਹੀਂ ਪੈਣਾ ਆਪਣਾ ਮਾਇੰਡ ਅਸੀਂ ਕ੍ਰਿਟੀਸਾਈਜ਼ ਕਰਦੇ ਉਹਨੂੰ ਕੀ ਫਰਕ ਪੈਣਾ ਉਹਨੂੰ ਉਹਨੇ ਤਾਂ ਉਹੋ ਜਿਹਾ ਹੀ ਰਹਿਣਾ ਠੀਕ ਹੈ ਸੋ ਦੈਨ ਇਜ ਕੰਡੈਮ ਐਂਡ ਕੰਪਲੇਨ ਰਿਲੇਸ਼ਨਸ਼ਿਪ ਦੇ ਵਿੱਚ ਜੋ ਵਾਈਫ ਤੁਹਾਡੇ ਲਈ ਕਰਦੀ ਹੈ ਜੋ ਬੱਚੇ ਤੁਹਾਡੇ ਲਈ ਕਰਦੇ ਹੈ ਜਾਂ ਮਾਂ ਪਿਓ ਤੁਹਾਡੇ ਲਈ ਕਰਦੇ ਨੇ ਹੈ ਨਾ ਵੀ ਸ਼ੁੱਡ ਆਲਵੇਜ਼ ਬੀ ਗ੍ਰੇਟਫੁੱਲ ਐਂਡ ਇਹ ਤਾਂ ਹੀ ਆ ਸਕਦਾ ਜਦੋਂ ਅਸੀਂ ਇਹ ਐਨਾਲਾਈਜ਼ ਕਰਦੇ ਹਾਂ ਕਿ ਜੋ ਸਾਨੂੰ ਰੱਬ ਨੇ ਚੀਜ਼ਾਂ ਦਿੱਤੀਆਂ ਨੇ ਉਹ ਬਾਕੀ ਲੋਕਾਂ ਨੂੰ ਨਹੀਂ ਹੈਗੀਆਂ ਵੀ ਆਰ ਬਲੈਸਡ ਕਿ ਸਾਨੂੰ ਉਹਨਾਂ ਨੇ ਅੱਖਾਂ ਬਾਹਾਂ ਸਰੀਰ ਤਾਂ ਪ੍ਰੋਪਰ ਦਿੱਤਾ ਨਾ ਹੋਰ ਕੁਛ ਨਹੀਂ ਤਾਂ ਅਸੀਂ ਥਿੰਕ ਕਰ ਸਕਦੇ ਹਾਂ ਸੋਚ ਸਕਦੇ ਹਾਂ ਸਾਰਿਆਂ ਨੂੰ ਪਤਾ ਕਿ ਐਕਸਰਸਾਈਜ਼ ਤੁਹਾਨੂੰ ਸਵੇਰੇ ਜਿਹੜੀ ਹੈ ਐਡਰੀਨਲੀਨ ਇਨਕਰੀਜ਼ ਕਰਦੀ ਹੈ ਅਸੀਂ ਸੈਰ ਕਰਦੇ ਹਾਂ ਖੰਨਾ ਜੀ ਬੈਠੇ ਇੱਥੇ ਇਹਨਾਂ ਦਾ ਗਰੁੱਪ ਕਰਦੇ ਨੇ ਸੋ ਜਦੋਂ ਸੈਰ ਕਰਦੇ ਹਾਂ ਤੁਸੀਂ ਸਵਿਮਿੰਗ ਕਰਦੇ ਹਾਂ ਅਤੇ ਉਹ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਾਂ ਅਤੇ ਤੁਹਾਡਾ ਮਨ ਵੈਸੇ ਹੀ ਪੋਜ਼ਿਟਿਵ ਹੋ ਜਾਂਦਾ ਠੀਕ ਹੈ ਸੋ ਉਹਦੇ ਨਾਲ ਹਾਰਮੋਨ ਰਿਲੀਜ਼ ਹੁੰਦੇ ਨੇ ਸਾਡੇ ਸੋ ਦੈਟ ਇਜ਼ ਗੁੱਡ ਫੋਰ ਐਲੀਵੇਸ਼ਨ ਆਫ ਮਾਈਂਡ ਠੀਕ ਹੈ ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਸਟਰੋਂਗ ਬਣਾਉਂਦੀਆਂ ਸੋ ਲਾਸਟ ਦੇ ਵਿੱਚ ਮੈਂ ਆਵਾਂਗਾ ਕਿ ਟ੍ਰੀਟਮੈਂਟ ਡਾਕਟਰ ਸਾਹਿਬ ਇੱਕ ਸੀ ਰਹਿ ਗਈ ਕ੍ਰਿਟਿਸਾਈਜ਼ ਇੱਕ ਕੰਡੈਮ ਕੰਪਲੇਨ ਕ੍ਰਿਟਿਸਾਈਜ਼ ਕੰਡੈਮ ਐਂਡ ਕੰਪਲੇਨ ਸੋ ਜੇ ਤਿੰਨ ਚੀਜ਼ ਦੋ ਚੀਜ਼ਾਂ ਅਸੀਂ ਆਪਣੀ ਜ਼ਿੰਦਗੀ ਦੇ ਪੱਲੇ ਬੰਨ ਲਈਏ ਤੇ ਮੋਸਟ ਆਫ ਦੀਆਂ ਆਪਣੀਆਂ ਪ੍ਰੋਬਲਮਸ ਜਿਹੜੀਆਂ ਨੇ ਡੇ ਟੂ ਡੇ ਲਾਈਫ ਦੀਆਂ ਉਹ ਸੋਲਵ ਦਾ ਨੈਕਸਟ ਥਿੰਗ ਇਜ਼ ਬਿਬਲੀਓਥੈਰੇਪੀ ਬਿਬਲੀਓਥੈਰੇਪੀ ਇਜ਼ ਅ ਨਿਊ ਕਾਈਂਡ ਆਫ ਥੈਰੇਪੀ ਜਿਹੜੀ ਆਮ ਅਸੀਂ ਜਦੋਂ ਡਿਪਰੈਸ਼ਨ ਦੇ ਵਿੱਚ ਮਾਈਲਡ ਡਿਪਰੈਸ਼ਨ ਦੇ ਵਿੱਚ ਯੂਜ਼ ਕਰਦੇ ਹਾਂ ਉਹ ਦੈਟ ਇਜ਼ ਗਿਵਿੰਗ ਬੁੱਕਸ ਲਿਟਰੇਚਰ ਪੋਇਮ ਜਿਹੜੇ ਉਸ ਬੰਦੇ ਨੂੰ ਪਸੰਦ ਹੈ ਜੇ ਮੰਨ ਲਓ ਮੇਰੇ ਕੋਲ ਇੱਕ ਪੇਸ਼ੈਂਟ ਆਇਆ ਐਡਿਕਸ਼ਨ ਦਾ ਉਹ ਇੱਕ ਐਡਿਕਟ ਨੇ ਉਹ ਕਿਤਾਬ ਲਿਖੀ ਸੀ ਮੈਂ ਉਹਨੂੰ ਕਿਤਾਬ ਦੇ ਦਿੱਤੀ ਉਹ ਐਡਿਕਸ਼ਨ ਛੱਡ ਗਿਆ ਸੋ ਦੈਨ ਇਜ਼ ਕੌਂਸਲਿੰਗ ਅਸੀਂ ਕਰਦੇ ਹਾਂ ਵੀ ਦੇਖਣ ਦੀ ਵੀ ਇਹ ਪੇਸ਼ੈਂਟ ਹੈ ਇਹ ਇਹਨੂੰ ਕੌਂਸਲਿੰਗ ਦੀ ਲੋੜ ਹੈ ਕਿ ਮੈਡੀਸਨ ਦੀ ਲੋੜ ਹੈ ਸੋ ਸਮ ਪੇਸ਼ੈਂਟ ਨੀਡ ਮੈਡੀਸਨਸ ਠੀਕ ਹੈ ਸੋ ਮੈਡੀਸਨ ਬੜੇ ਵਧੀਆ ਆ ਗਈਆਂ ਅੱਜ ਕੱਲ੍ਹ ਜਿਹਦੇ 'ਚ ਨੀਂਦ ਨਹੀਂ ਆਉਂਦੀ ਉਹ ਕਹਿੰਦੇ ਜੀ ਮੈਡੀਸਨ ਲੱਗ ਜਾਂਦੀ ਹੈ ਜੀ ਤੁਹਾਨੂੰ ਅੱਜ ਕੱਲ੍ਹ ਇਹੀ ਸੋਚਦੇ ਮੈਡੀਸਨ ਲੱਗ ਜਾਂਦੀ ਹੈ ਜੀ ਇਹ ਨਸ਼ੇ ਵਾਲੀਆਂ ਦਵਾਈਆਂ ਉਹ ਕਨਸੈਪਟ ਪੁਰਾਣੇ ਹੋ ਗਏ ਨਾਓ ਇਵੋਲਵ ਹੋ ਗਈ ਸੈਕਟਰੀ ਹੈਜ਼ ਇਵੋਲਵ ਨਾਓ ਠੀਕ ਹੈ ਨਾਓ ਪਤਾ ਹੀ ਨਹੀਂ ਲੱਗਦਾ ਕਿ ਮੈਂ ਦਵਾਈ ਖਾ ਰਹੀ ਉਹ ਪੁਰਾਣੀਆਂ ਗੱਲਾਂ ਹੋ ਗਈਆਂ ਜਦੋਂ ਟ੍ਰੀਟਮੈਂਟ ਹੀ ਨਹੀਂ ਹੁੰਦੇ ਸੀ ਸੈਕਟਰੀ ਦੇ ਠੀਕ ਹੈ ਸੋ ਨਾਓ ਬਹੁਤ ਸਾਰੇ ਕੁਐਸਚਨ ਸਵਾਲ ਸਾਡੇ ਮਨਾਂ 'ਚ ਹੋਣਗੇ ਡਾਕਟਰ ਸਾਹਿਬ ਇੱਥੇ ਨੇ ਵੀ ਕੈਨ ਟੇਕ 5-6 ਕੁਐਸਚਨਸ ਸੋ ਐਨੀਬਡੀ
क्योंकि सब्सटीट्यूशन इज वेरी इंपॉर्टेंट इन एवरी एडिक्शन इन एवरी बिहेवियर चेंज। जे असीं सब्सटीट्यूट नहीं करांगे, मान लो आपां कहिंदे आ वी आपां ओह कहिंदे छड्ड दे यार मोबाइल देखना तू बहुत देखदा बच्चे नूं कहिंदे आ आपणे आप, पर जे उहनूं वी हैव टू सब्सटीट्यूट विद सम अदर एक्टिविटी। जी दस्सिया वी इदां दे विच उहनां ने कहा पंज चीजां, ओह पंज चीजां थोड़ियां का बोलिया देखो जी पांच चीज़ा, एक तो जी लिंबिक सिस्टम दियाँ है ना वो है काम क्रोध लोभ मोह अहंकार, ठीक है जेडे लिंबिक लोअर लैवल ऑफ ब्रेन के, जेडे हायर लैवल ऑफ ब्रेन है वो सत संतोख दया धर्म कि सानू किथे जाके हाउ शुड वी फिक्स कि दिस इज द डेडलाइन वी आर क्रॉसिंग इट, बिकॉज मेजोरिटी लोगों की प्रॉब्लम ही यही है कि उन्होंने पता ही नहीं है कि वेयर टू एंड। या दैट्स वेरी गुड क्वेश्चन डॉक्टर गुरबर, मैं खड़े होकर जवाब दे रहा हूँ। देखो बहुत बढ़िया क्वेश्चन पूछा है, हर एक बंदे की इलास्टिसिटी वक्री वक्री है, ठीक है एक बंदा 10 किलो भार चुकता है वो दूजा बंदा 18 किलो चुकता है, तीजा बंदा 100 किलो चुकता जेडे ओलंपियंस ने, है ना। यू कैन नॉट कंपेयर एनी परसन कि यह घट है या ज़्यादा है, हर बंदे की अपनी कपैसिटी है। कोई 4 लेंथा ला के थक जाता है, कोई 10 लेंथा लाता उन्होंने फर्क नहीं पैंता। सो हर बंदे की जिस तरह फिजिकल कपैसिटी वक्री है, इस तरह ही हर बंदे की मैंटल कपैसिटी भी वक्री है। और हर को पता होंगे जी जो तुम बर्नआउट होना शुरू हो जाओ, मान लो मैं देखा कि जे तुहाडा आपां मशीन जिहड़ी गर्म हो जाती, जिस तरह आप कहिंदे सी मैं दस्सिया सी ना जे 20 वोल्ट नाल तुहाडी मशीन चल रही है ते तुसी खुशी हो, तुसी आनंद लै रहे हो, तुसी नींद चंगी है, यू आर इंजॉइंग द लाइफ, दैन दैट इज़ गुड फॉर यू। पर जे तुसी 40 वोल्ट नाल गड़बड़ हो जाती है, तुहाडा ब्रेन गर्म हो जाता, तुहानूं डिस्टर्बेंस हुंदी है, स्लीप च प्रॉब्लम आती है, चिड़चिड़े रहिंदे हो, तुहानूं अपने ओरिजिनल काम करन च वी प्रॉब्लम आ रही है, ठीक है जिहड़ा तुसी कर रहे हो, फिर ओ यू शुड रिस्ट्रिक्ट, यू शुड से नो। जनरल क्वेश्चन है, जब भी डॉक्टर आप किसी को मेडिसिन शुरू करते हैं डिप्रेशन लिए, उसका इफेक्ट कितनी देर चलता है, तो वो जे किसी ने शुरू कर ली थी उन्होंने कितनी देर तक जरूरी लेनी चाहिए। सो मैं भी खड़े होकर जवाब दे देना सारे सुन ले। नॉर्मली असी जी दवाई है वह भी मैं ये कह रहा कि इट डिपेंड्स अपॉन इंडिविजुअल, इट डिपेंड्स अपॉन व्हाट टाइप ऑफ डिजीज ही हैज और शी हैज, ठीक है। कई बार सिर्फ एडजस्टमेंट प्रॉब्लम होंगे ने, कई बार मेजर डिप्रेशन होंगे, कई बार सीवियर होंगे। नॉर्मली असी जी मेडिसिन ने 8 वीक्स तो लैके 6 मंथ्स तक दें, नॉर्मली मैं नॉर्मल गल कर रहा बंदे ने 3 to 4 हफ्ते Is epilepsy disease the result of depression or is it a disease itself? It is a, देखो जिहड़ी एपीलेप्सी जिन्हों तुसी सोच रहे हो ना, 2 तरह की होती है। एक होंगी है सीजर जिन्हों असी फंक्शनल सीजर कहने, ये डॉक्टर कैन डिफरेंशिएट के ये ट्रू सीजर ने कि फॉल सीजर, जेडे फॉल सीजर होंगे ने उन्होंने असी फंक्शनल सीजर कहने, जिन्हों अगेंस्ट ही गया कहते हैं लोग, है ना, उन्होंने फंक्शनल सीजर कहते हैं। दे लुक लाइक एपीलेप्सी बट दे आर पार्ट ऑफ साइकेट्री बिकॉज ऑफ साइकोलॉजिकल प्रेशर डिप्रेशन। नंबर 2 क्या जो पेशेंट्स स्किज़ोफ्रेनिया देते हैं क्या उनकी जो मेडिकेशन है वो इट गोज थ्रू आउट देयर लाइफ। नंबर 3 साइड इफेक्ट्स अगर थ्रू आउट लाइफ है मेडिकेशन तो द साइड इफेक्ट्स तो देखिए। सो देखो 3 क्वेश्चन तुसी पूछे ने, ते पहली तो गल ये है कि स्किज़ोफ्रेनिया जेड़ा है ना वो बड़ी वैरायटी ऑफ इलनेसिस ने, मल्टीपल इलनेसिस कहते हैं असं। सो अजक बहुत ये रिसर्च चल रही है, ठीक है। सो सिज़ोफ्रेनिया के बीच सो आल साइकोसिस, मैं मोटे तौर पर तुम दस दें जो लेमैन ने 2 तरह की बीमारियां सैकेटरी च होंगे ने, एक बंदा आप अपने रोने रोंद
ਜਿਹਨੂੰ ਅਸੀਂ ਨਿਰੋਸਿਸ ਕਹਿਤਾ ਡਿਪਰੈਸ਼ਨ ਜਾਂ ਸਭ ਮੈਨੂੰ ਤਕਲੀਫ ਹੈ ਜੀ ਮੇਰੇ ਆ ਮੇਰੀ ਵਾਈਫ ਨੂੰ ਆ ਜੀ ਮੇਰੇ ਹਸਬੈਂਡ ਨੂੰ ਆ ਜੀ ਮੇਰੇ ਬੱਚੇ ਨੂੰ ਆ ਜੀ ਹੈ ਨਾ ਇਹਨੂੰ ਅਸੀਂ ਕਹਿੰਦੇ ਨਿਰੋਟਿਕ ਡਿਸਆਰਡਰਸ ਦੂਜੀ ਹੁੰਦੀ ਹੈ ਕਿ ਉਹਦੇ ਘਰਦੇ ਆ ਕੇ ਕਹਿੰਦੇ ਜੀ ਇਹ ਬੰਦਾ ਗੜਬੜ ਹੈ ਉਹ ਕਹਿੰਦਾ ਮੈਂ ਤਾਂ ਠੀਕ ਹਾਂ ਸੋ ਦੈਟ ਇਜ਼ ਸਾਈਕੋਸਿਸ ਸੋ ਜਿਹੜਾ ਸਾਈਕੋਸਿਸ ਹੁੰਦਾ ਨਾ ਉਹਦੇ 'ਚ ਬੰਦੇ ਨੂੰ ਇਨਸਾਈਟ ਨਹੀਂ ਹੁੰਦੀ ਕਿ ਮੈਂ ਬਿਮਾਰ ਹਾਂ ਠੀਕ ਹੈ ਸੋ ਸਿਜ਼ੋਫਰੀਨੀਆ ਔਰ ਮੇਨੀਆ ਦੇ ਆਰ ਪਾਰਟ ਆਫ ਦੋਜ਼ ਸਾਈਕੋਟਿਕ ਡਿਸਆਰਡਰਸ ਜਿਹਦੇ 'ਚ ਆਮ ਬੰਦੇ ਨੂੰ ਪਤਾ ਨਹੀਂ ਹੁੰਦਾ ਕਿ ਮੈਂ ਬਿਮਾਰ ਮੈਂ ਇੱਕ ਇਗਜ਼ਾਮਪਲ ਦੇਣਾ ਮੇਰੇ ਕੋਲ ਪਿੱਛੇ 'ਤੇ ਇੱਕ ਮੁੰਡਾ ਆਇਆ ਉਹ ਕਹਿੰਦਾ ਜੀ ਮੈਂ ਕਿਹਾ ਕੀ ਕਰਦਾ ਕਹਿੰਦਾ ਜੀ ਖਰਬੂਜੇ ਵੇਚਦਾ ਮੈਂ ਅਤੇ ਕਹਿੰਦਾ ਉਹ ਬੜਾ ਖੁਸ਼ ਨੱਚੇ ਟੱਪੇ ਕਹਿੰਦਾ ਦੇਖੋ ਜੀ ਮੈਂ ਅੱਜ ਲਿਆ ਖਰਬੂਜੇ ਅਗਲੇ ਦਿਨ ਮੈਂ ਸਾਰੇ ਵੇਚਦੇ ਉਹ ਉਹਦੀ ਉਹਦੀ ਨਾਲ ਦੇ ਨੂੰ ਪੁੱਛਿਆ ਉਹ ਕਹਿੰਦਾ ਜੀ ਲੋਸ ਕਰ ਰਿਹਾ 3 ਰੁਪਏ ਦੀ ਖਰੀਦ ਹੈ ਅਤੇ 4-2 ਰੁਪਏ ਵੇਚੀ ਜਾਂਦਾ ਸੋ ਦਿਸ ਇਜ਼ ਹਾਊ ਪੀਪਲ ਬਿਕਮ ਉਹ ਬਿਜ਼ਨਸ ਕਰ ਰਿਹਾ ਆਪਣੇ ਵੱਲੋਂ ਉਹ ਕਹਿੰਦਾ ਮੈਂ ਤਾਂ ਢੇਰੀ ਆਪਣੀ ਵੇਚਤੀ 3 ਰੁਪਏ ਦੀ ਖਰੀਦ ਹੈ ਅਤੇ 2 ਰੁਪਏ 'ਚ ਵੇਚਤੀ ਅਤੇ ਉਹ ਨਾਲ ਦੇ ਕਹਿੰਦੇ ਨੇ ਨਾਲੇ ਉਹ ਖੁਸ਼ ਹੋ ਰਿਹਾ ਸੀ ਕੰਪਨੀ ਦਾ ਹੁਣ ਉਹ ਰਿਟਾਇਰ ਹੋ ਗਿਆ ਉਹਨੂੰ ਹਾਈਪੋਮੇਨੀਆ ਹੁੰਦਾ ਸੀ ਉਹ ਬੜੀ ਮੇਰੇ ਕੋਲ ਆਇਆ ਕਹਿੰਦਾ ਡਾਕਟਰ ਸਾਹਿਬ ਮੈਨੂੰ ਥੱਲੇ ਨਾ ਲਿਆਉਣਾ ਇੱਥੇ ਹੀ ਰਹਿਣ ਦੇ ਹਾਇਰ ਸਟੇਟ 'ਤੇ ਰਹਿਣ ਦਿਓ ਮੈਂ ਬੜੀ ਤਰੱਕੀ ਕੀਤੀ ਆਪਣੀ ਲਾਈਫ 'ਚ ਅਤੇ ਜੇ ਮੈਂ ਥੱਲੇ ਆ ਗਿਆ ਅਤੇ ਮੈਂ ਤਾਂ ਡਿਪਰੈਸ਼ਨ 'ਚ ਚਲੇ ਜਾਣਾ ਮੈਂ ਤਰੱਕੀ ਨਹੀਂ ਸੋ ਹਰ ਇੱਕ ਬੰਦੇ ਦੀ ਵੱਖਰੀ ਵੱਖਰੀ ਸਟੇਜ ਹੈ ਵੀ ਕੈਨ ਨੋਟ ਜਨਰਲਾਈਜ਼ ਨੋਰਮਲੀ ਸਿਜ਼ੋਫਰੀਨੀਆ ਇਜ਼ ਨੋਟ ਏ ਜੈਨੇਟਿਕ ਡਿਸਆਰਡਰ ਆਟੋਸੋਮਲ ਡੋਮੀਨੈਂਟ ਹੁੰਦਾ ਜ਼ਰੂਰੀ ਨਹੀਂ ਹੈ ਵੀ ਜੇ ਮਾਂ ਪਿਓ ਨੂੰ ਹੈਗਾ ਤਾਂ ਬੱਚਿਆਂ ਨੂੰ ਵੀ ਹੋਏਗਾ ਠੀਕ ਹੈ ਸੋ ਇਹਨਾਂ ਦੀਆਂ ਜਿਹੜੀਆਂ ਇਲਾਜ ਹੈ ਉਹ ਕਈ ਜਿਹੜੇ ਹੈਗੇ ਨੇ ਉਹ 6 ਮਹੀਨੇ ਸਾਲ 'ਚ ਠੀਕ ਹੋ ਜਾਂਦੇ ਨੇ ਪਰ ਸਮ ਸਿਜ਼ੋਫਰੀਨੀਆ ਜਸਟ ਲਾਈਕ ਡਾਇਬਟੀਜ਼ ਜਿਸ ਤਰ੍ਹਾਂ ਸ਼ੂਗਰ ਦੀ ਬਿਮਾਰੀ ਹੁੰਦੀ ਹੈ ਆਮ ਤੌਰ 'ਤੇ ਮੈਂਟਲ ਹੋਸਪਿਟਲਸ ਦੇ ਵਿੱਚ ਆਪਾਂ ਦੇਖਦੇ ਹਾਂ ਨਾ ਇਹਨਾਂ ਨੂੰ ਵਾਂਡਰਿੰਗ ਲੁਨੈਟਿਕਸ ਕਹਿੰਦੇ ਹਾਂ ਅਸੀਂ ਜਾਂ ਸੜਕਾਂ 'ਤੇ ਘੁੰਮਦੇ ਦੇਖਦੇ ਹਾਂ ਆਪਾਂ ਜਾਂ ਜਿਹੜੇ ਮੈਂਟਲ ਹੋਸਪਿਟਲ ਦੇ ਆ ਕ੍ਰੋਨਿਕ ਸਿਜ਼ੋਫਰੀਨਿਕ ਪੇਸ਼ੈਂਟਸ ਇੱਕ ਦਵਾਈ ਨਾਲ ਹੀ ਸਾਰਾ ਠੀਕ ਰਹਿੰਦੇ ਦੇ ਡੋਂਟ ਨੀਡ ਮੋਰ ਦੈਨ 1 ਮੈਡੀਸਨ ਸੋ ਅੱਜ ਕੱਲ੍ਹ ਬਹੁਤ ਵਧੀਆ ਦਵਾਈਆਂ ਆ ਗਈਆਂ ਇਨੀਸ਼ੀਅਲ ਸਟੇਜ 'ਤੇ ਡਿਟੈਕਟ ਹੋ ਜਾਏ ਅਤੇ ਪਰਸਨ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਸਿਜ਼ੋਫਰੀਨਿਕ घर में वो बिल्कुल नॉर्मल है जब वो स्कूल में आता है तो उसका बिहेवियर चेंज हो जाता है लाइक ही इज इंट्रोवर्ट ऑल्सो और उसकी जो चाल चलने का तरीका है ना वो भी चेंज हो जाता है जब हम उसके पेरेंट्स से बात करते हैं कि घर में तो बिल्कुल नॉर्मल है सो डज ही नीड काउंसलिंग या कुछ इस तरह से ट्रीटमेंट One of the most common disorder in children is attention deficit disorder with hyper ADD kehnde aan theek hai so ode vich ghar ch vi ho sakdi hai bahar vi ho sakdi hai theek hai kaiyan nu sirf ghar ch hunda hai kaiyan nu sirf school ch hunda hai so they are part of minimal brain damage is kehnde aan conduct disorder aa janda hai vi ho sakda hai ADD vi ho sakda hai and it is curable it's curable